ਅੱਖੀਆਂ ਵੇ ਰਾਤੀ ਸੌਣ ਨਾ ਦਿੰਦੀਆਂ, ਸੌਣ ਨਾ ਦਿੰਦੀਆਂ, ਬੜਾ ਦੁੱਖ ਦਿੰਦੀਆਂ। ਅੱਖੀਆਂ ਵੇ ਰਾਤੀ ਸੌਣ ਨਾ ਬਾਬਾ ਜੀ ਦਿੰਦੀਆਂ। ਸਲਾਮ ਹੈ। ਅਸਲਾਮ ਵਾਲੇਕੁਮ। ਕੌਣ ਆ ਬਈ ਫੱਤਾ? ਆ ਬਈ ਫੱਤਿਆ, ਕੀ ਗੱਲ ਆ? ਹੋਇਆ ਤੇਰੀ ਦਾੜੀ ਕਦੋਂ ਤੋਂ ਆ ਗਈ? ਬਾਬਾ ਜੀ ਇਹ ਤਾਂ ਮੇਰੀ ਗੁੱਤ ਹੈ, ਮੈਂ ਤੁਹਾਡੇ ਸ਼ਗੀਰਦ ਫਾਤਮਾ। ਅੱਛਾ ਅੱਛਾ ਅੱਛਾ, ਫਾਤਮਾ ਫਾਤਮਾ ਮੰਮੀ ਕਮਾ ਤੇ ਫੱਤਾ ਤਾਂ ਮੁੰਡਾ ਪਤਲਾ ਜਿਹਾ ਆ ਤੇ ਇਸ ਸਰੀਰ ਤੇ ਮਹਾ ਪ੍ਰਸ਼ਾਦ ਦਾ ਵਧਾ ਹੀ ਬੜਾ ਹੋਇਆ ਹੈ। ਬਾਬਾ ਜੀ ਮੈਂ ਸਬਕ ਯਾਦ ਕਰਨ ਆਈ ਹਾਂ। ਅੱਛਾ ਵੀ ਪੜ੍ਹ ਪੇ। ਅਲਫ ਕੈਲਾ, ਅਲਫ ਕੈਲਾ, ਬੇ ਦੇ ਥੱਲੇ ਇੱਕ ਨੁਕਤਾ, ਬੇ ਥੱਲੇ ਇੱਕ ਨੁਕਤਾ, ਪੇ ਦੇ ਥੱਲੇ ਤਿੰਨ ਨੁਕਤੇ, ਪੇ ਦੇ ਥੱਲੇ ਤਿੰਨ ਨੁਕਤੇ, ਤੇ ਦੇ ਉੱਪਰ ਇੱਕ ਨੁਕਤਾ, ਤੇ ਦੇ ਉੱਪਰ ਇੱਕ ਨੁਕਤਾ, ਤੇ ਖੇ ਤਖ, ਤੇ ਖੇ ਤਖ, ਤਈਏ ਤੀ, ਤਈਏ ਤੀ, ਫੱਤੀ ਤਪਤੀ। ਉਹ ਕਮਲੀ ਨਾ ਹੋਵੇ, ਤੂੰ ਗੱਲ ਨੂੰ ਸਮਝਦੀ ਨਹੀਂ ਆ। ਅੱਛਾ ਦੱਸ ਫਾਤਮਾ, ਕੀ ਗੱਲ ਹੈ ਤੇਰੀ? ਬੜੀ ਗਾਇਆ ਹਾਜ਼ਰੀ ਰਹਿੰਦੀ, ਅੱਜ ਕੱਲ੍ਹ ਆਉਂਦੀ ਜਾਂਦੀ ਨਹੀਂ। ਬਾਬਾ ਜੀ ਮੈਂ ਸਵੇਰੇ ਆਈ, ਤੁਸੀਂ ਮੈਨੂੰ ਮਿਲੇ ਹੀ ਨਹੀਂ। ਔਰ ਸਵੇਰ ਨੂੰ ਜਰਾ ਅਸੀਂ ਅਖਬਾਰ ਪੜ੍ਹੀ ਦੀ ਹੈ। ਤੁਸੀਂ ਅਖਬਾਰ ਪੜ੍ਹਦੇ ਹੋ? ਬਾਜ਼ਾਰ ਤੇ ਤੁਹਾਡੇ ਦੋਏ ਬੰਦ ਨੇ। ਅਖਬਾਰ ਤੇ ਅਸੀਂ ਉਂਗਲ ਫੇਰਨੀ ਸ਼ੁਰੂ ਕਰ ਦੇਈਦੀ ਆ। ਉਂਗਲ ਫੇਰਦੇ ਫੇਰਦੇ ਜਿੱਥੇ ਕਿਤੇ ਜਿਬ ਨਜ਼ਰ ਆਵੇ ਅਸੀਂ ਸਮਝ ਲਈਦਾ ਕੋਈ ਜਨਾਨੀ ਪਿੰਡੋਂ ਆਪਣੇ ਯਾਰ ਦੇ ਨਾਲ ਭੱਜ ਗਈ ਹੈ। ਮੈਂ ਵੀ ਨਾ ਸਮਝਿਆ ਤੁਸੀਂ ਕਿਸ ਤਰ੍ਹਾਂ ਇਹ ਮਤਾਲਾ ਕਰਦੇ ਆ। ਦੁਪਹਿਰ ਨੂੰ ਇਹ ਗੱਲ ਹੈ ਵੀ ਦੁਪਹਿਰ ਨੂੰ ਅਸੀਂ ਜਰਾ ਖੇਲਣ ਦੇ ਸ਼ੌਕੀਨ ਹੈ। ਤੁਸੀਂ ਖੇਲਣ ਦੇ ਸ਼ੌਕੀਨ? ਹਾਂ, ਅਸੀਂ ਸਾਈਕਲ ਤੇ ਚੜ ਕੇ ਕੜਵਾਏ ਕਰਦੇ ਜਾਈਦਾ। ਸਾਨੂੰ ਕਿਸਾ ਪਤਾ ਲੱਗਦਾ ਤੁਸੀਂ ਸਿੱਧੇ ਜਾ ਰਹੇ ਹੋ? ਆਹੋ, ਜਦੋਂ ਪੰਜ ਸੱਤ ਟੱਕਰਾਂ ਹੁੰਦੀਆਂ ਅਸੀਂ ਸਮਝ ਲਈਦਾ ਵੀ ਸਿੱਧੇ ਰਸਤੇ ਅਸੀਂ ਗਰਾਊਂਡ ਨੂੰ ਜਾ ਰਹੇ ਹਾਂ। ਗਰਾਊਂਡ ਯਾਨੀ ਮੈਦਾਨ 'ਚ ਜਾ ਕੇ ਅਸੀਂ ਗੋਲ ਕੀਪਰੀ ਕਰੀਦੀ ਹੈ, ਗੋਲ 'ਚ ਜਾ ਕੇ ਖੱਡੇ। ਮੈਨੂੰ ਲੈਣ ਵਾਸਤੇ ਆਈ ਸੀ? ਬੜੀ ਗਲਤੀ ਹੋਈ, ਬੜੀ ਗਲਤੀ ਹੋਈ। ਅੱਛਾ ਇਹ ਦੱਸ, ਉੱਥੇ ਕੀ ਕੁਛ ਬਣਿਆ ਹੋਇਆ? ਰੋਗਨ ਜੋਸ਼ਾਂ ਸਾਨੂੰ ਦਾ ਛੱਡੋ ਤੁਸੀਂ ਤੇ ਆ ਲੋ ਖੀਰ ਅੰਮੀ ਨੇ ਕੱਲੀ ਆ। ਅੰਮੀ ਜਾਨ ਨੇ ਕੱਲੀ ਆ, ਅੰਮੀ ਜਾਨ ਨੇ ਕੱਲੀ ਗੱਲ ਇਹ ਆ ਬਈ ਬਹੁਤ ਅੱਛੀ ਖੀਰ ਹੈ। ਬਾਬਾ ਜੀ ਮੇਰੀ ਗੱਲ ਤਾਂ ਸੁਣੋ। ਬਹੁਤ ਅੱਛੀ ਖੀਰ ਹੈ, ਮੇਰੀ ਗੱਲ ਸੁਣੋ ਜਰਾ। ਬਹੁਤ ਲਜ਼ੀਜ਼ ਕਿਸਮ ਦੀ ਖੀਰ ਹੈ, ਬਹੁਤ ਪਿਸਤਾ ਬਦਾਮ ਪਾਇਆ ਹੈ, ਮੈਨੂੰ ਬਹੁਤ ਚੰਗੀ ਲੱਗੀ। ਮੇਰੀ ਗੱਲ ਸੁਣ ਲਓ ਨਾ। ਬਹੁਤ ਅੱਛੀ, ਇਹ ਤਾਂ ਸਾਡਾ ਕੁੱਤਾ ਮੂੰਹ ਲਾ ਗਿਆ ਸੀ। ਬਹੁਤ ਅੱਛੀ ਖੀਰ ਬਣਾਈ ਹੈ ਤੇਰੀ ਅੰਮੀ ਜਾਨ ਨੇ। ਬਾਬਾ ਜੀ ਨੂੰ ਕੁੱਤਾ ਮੂੰਹ ਲਾ ਗਿਆ ਸੀ, ਇਸ ਅਖੀਰ ਨੂੰ ਕੁੱਤਾ ਮੂੰਹ ਲਾ ਗਿਆ ਸੀ। ਹਾਂਜੀ, ਇਸ ਤਰ੍ਹਾਂ ਕਰੋ ਤੁਸੀਂ ਕੁੱਤੇ ਦਾ ਮੂੰਹ ਧੋ ਦਿਓ ਜਾ ਕੇ। ਲਓ ਜੀ ਖੀਰ ਤੁਸੀਂ ਕਹੋ ਤੇ ਕੁੱਤੇ ਦਾ ਮੂੰਹ ਅਸੀਂ ਧੋ ਦਈਏ। ਕੁੱਤਾ ਦੀ ਗੱਲਾਂ ਕਰਦੇ ਹੋ।